बिस्मिल्लाह रहमान रहीम, अस्सलाम वालेकुम। जिवें कि तुसीं मैनूं जानदे हो, मैं दिलावर हुसैन, ते अज दा व्लॉग करने शुरू। अज दूसरे रोजे की सैरी करन लगे आ। होटलां ते इहो जी चासे नहीं लभदी, क्योंकि घर दे खाने दे विच परांठा ते मक्खण करेलिया दा सारे नाल दही, इवें दी चीज़ां नाल रोज़ा रखे ना तो बंदा दिहाड़ी सौखी लंघ जांदी, तकरीबन महसूस ही नहीं हुंदा वी रोज़ा रखिआ जां नहीं। हुण खाना करने शुरू। बिस्मिल्लाह रहमान रहीम। स्क्रैप का काम करता मुंडा, तो मैं पार्टनर हाँ। दुकान तो अगर ना बड़ी मिट्टी उभरी है, पहले उत्थे त्रौंकने पानी आ वेखना मिट्टी किवें उभरी पई। ये बच्चे ना कहते असं रोजे रखे, पहले सानू स्कूल छड़ के आओ, हुण बच्चों छड के आना स्कूल है। पहले मैं अपने अबू नूं पता अपने कोल क्यों लिया, और मैं आखा चार दिन जरा मैं भी अपने अबू की सेवा सूवा करना, कि निक्के पुत्र को सेवा कराता रहता, मैं टाइम ही नहीं देता। अब मैं बड़ा औखा समझ लिया आया। लत मारी गई फिर माता नहीं गई थी। माता उदों तो जिन्हें अंदर पा के मारते हैं कि डॉक्टर को डॉक्टर है ਕੀ ਮੈਂ ਹਾਂ ਕਿ ਨੂੰ ਵਿਕਦੀ ਸੀ। ਦੀਨਦਾਰਾਂ ਦਾ ਮੁੰਡਾ ਸੀ ਇੱਕ, ਤੇ ਇੱਕ ਦੀਨਦਾਰਾਂ ਦਾ ਕੁੜੀ ਸੀ। ਅੱਛਾ। ਮੇਰੇ ਹੀ ਆਣੀ ਸਨ, ਮੇਰੇ ਨਾਲ ਕੁੜੀ ਵੱਡੀ ਸੀ। ਅੱਛਾ। ਤੇ ਮੁੰਡਾ ਮੇਰਾ ਆਣੀ ਸੀ। ਅੱਛਾ। ਉਹਨੂੰ ਵੀ ਨਿਕਲੀ ਸੀ। ਅੱਛਾ। ਤੇ ਉਹ ਫਿਰ ਦੋਵਾਂ ਦੀ ਜ਼ਬਾਨ ਤੇ ਪੈ ਗਈ ਸੀ। ਅੱਛਾ। ਤੇ ਉਹ ਬੜੀ ਜ਼ੋਰ ਨਾਲ ਗੱਲ ਕਰਨ ਤੇ ਜਿਵੇਂ ਕਿਸੇ ਦੇ ਕੰਨ 'ਚ ਗੱਲ ਸੁਣਾਈ ਦੀ ਹੈ ਇਸ ਤਰ੍ਹਾਂ ਕਰਦੇ। ਅੱਛਾ। ਗੱਲ ਨਹੀਂ ਸੀ ਕੀਤੀ ਜਾਂਦੀ। ਉਹ ਬਚ ਗਿਆ ਫਿਰ ਕਿਨਾਂ? ਬਚ ਗਏ, ਅਜੇ ਵੀ ਜਿਉਂਦੇ ਹਨ। ਅੱਛਾ ਅੱਛਾ। ਤੇ ਫਿਰ ਜ਼ਬਾਨ ਠੀਕ ਹੋ ਗਈ ਉਹਨਾਂ ਦੀ? ਨਾ, ਜ਼ਬਾਨ ਉਸੇ ਤਰ੍ਹਾਂ ਹੀ ਗੱਲ ਨਹੀਂ ਕੀਤੀ ਜਾਂਦੀ। ਤੇ ਫਿਰ ਮੈਨੂੰ ਇਹ ਜਿਹੜੀ ਸੀ ਨਾ ਬਾਂਹ, ਮੈਂ ਗਿਆ ਆਪਣੇ ਨਾਨਕੇ। ਹਾਂਜੀ। ਨਾਨਕੇ ਗਿਆ ਤੇ ਉਹਨਾਂ ਉੱਥੇ ਇੱਕ ਨਾਈ ਸੀ। ਅੱਛਾ। ਬੜਾ ਸਿਆਣਾ। ਅੱਛਾ। ਉਹਨੂੰ ਆਖਿਆ ਵੀ ਇਹ ਮੁੰਡੇ ਦਾ ਸਾਡੇ ਦਾ ਤੇ ਇੱਕ ਪਾਸਾ ਖਰਾਬ ਹੋ ਗਿਆ, ਤੇ ਇਹਦਾ ਕੁਛ ਕਾਰ ਆ। ਅੱਛਾ। ਉਹਦਾ ਕਹਿੰਦਾ ਹੁਣ ਲਵੇਰਾ ਲੈਣਾ। ਅੱਛਾ। ਤੇ ਰਾਮ ਅੱਲਾ ਕਰੇਗਾ ਤੇ ਆ ਜਾਏਗਾ। ਠੀਕ ਹੈ। ਉਹਨਾਂ ਆਖਿਆ ਲਵੇਰਾ ਹੀ ਲੈ ਲਈ ਯਾਰ। ਅੱਛਾ। ਲਵੇਰਾ ਮਤਲਬ ਵੀ ਮੱਝ ਇੱਕ ਲੈਣੀ? ਮੱਝ ਲੈਣੀ ਹੈ। ਅੱਛਾ, ਮੱਝ ਲੈਣੀ। ਅੱਛਾ। ਉਹ ਉਹਨਾਂ ਆਖਿਆ ਵੀ ਮੇਰੇ ਬੁੜੇ ਆਖਿਆ ਮੱਝ ਹੀ ਲੈ ਲਈ। ਅੱਛਾ। ਤੇ ਉਹਨੇ ਨਾ ਉਹਨੇ ਆਖਿਆ ਗੋਹੇ ਤਰੇ ਗੱਡੇ ਲੱਗਣੇ ਨੇ। ਅੱਛਾ। ਤਿੰਨ ਗੱਡੇ ਗੋਹਿਆਂ ਦੇ ਜਿਹੜੇ ਪੱਥੇ ਹੁੰਦੇ ਨੇ। ਆਹੋ। ਅੱਛਾ। ਤਿੰਨ ਗੱਡੇ ਗੋਹਿਆਂ ਦੇ ਲੱਗਣੇ ਨੇ। ਅੱਛਾ। ਹਾਂ, ਕਿਹਾ ਚੱਲ ਉਹ ਵੀ ਲੈ ਲਈ। ਅੱਛਾ। ਉਹ ਗੱਡਾ ਗੋਹਿਆਂ ਦਾ ਸਾੜਨਾ, ਉਹਦੇ ਵਿੱਚ ਦੋ ਕੁਜੀਆਂ ਧਰਨੀਆਂ। ਅੱਛਾ। ਮਿੱਟੀ ਦੇ ਭਾਂਡੇ। ਅੱਛਾ। ਐਡੇ ਐਡੇ ਹੁੰਦੇ ਨੇ। ਅੱਛਾ। ਕੁੱਜੇ ਦੇ। ਅੱਛਾ। ਉਹ ਧਰਨੇ ਤੇ ਉਹ ਖੁਰੇ ਕੀ ਪਲਾਈ ਵਿੱਚ ਪੱਕਦੀਆਂ ਹਨ ਤੇ ਕੀ ਉਹ ਵਿੱਚ ਪਾਉਂਦਾ? ਸ਼ੈ ਮਾਰਦਾ ਸੀ ਉਹ, ਸ਼ੈ ਮਾਰਦਾ ਸ਼ਾਮੀ ਉਹਨਾਂ ਨੂੰ ਅੱਗ ਲਾਉਣੀ। ਅੱਛਾ। ਤੇ ਦੋ ਦਿਨ ਖਲੋ ਕੇ ਤੇ ਫਿਰ ਉਹ ਕੱਢਣੀ। ਠੀਕ ਹੈ। ਉਹ ਅੱਗ ਜੋ ਬੁੱਝ ਜਾਣੀ ਨਾ, ਉਦੋਂ ਮਸਾਲੇ ਉਹ ਕੱਢਣੇ ਕੁੱਜੇ ਦੇ। ਠੀਕ ਹੈ। ਇੱਕ ਜਿਹੜਾ ਸੀ ਉਹਦੇ ਤੇਲ ਪਣਾ ਤੇਲ 'ਚ ਪਾ ਕੇ ਤੇ ਮੈਨੂੰ ਮਾਲਿਸ਼ ਕਰਦਾ ਹੁੰਦਾ ਸੀ। ਅੱਛਾ। ਇੱਕ ਜਿਹੜਾ ਸੀ ਨਾ ਉਹ ਮੈਨੂੰ ਖਾਣ ਲਈ ਦਿੰਦਾ ਹੁੰਦਾ ਸੀ। ਠੀਕ ਹੈ। ਉਹਦੀ ਦਵਾਈ ਗੋਲੀਆਂ ਬਣਾ ਕੇ। ਠੀਕ। ਮੈਂ ਉਹ ਖਾਂਦਾ ਰਿਹਾ। ਅੱਛਾ। ਜਦੋਂ ਦੋ ਗੱਡੇ ਹਾਂ ਸਾੜ ਕੇ ਤੇ ਦਵਾਈ ਗਈ ਮੁੱਕ। ਅੱਛਾ। ਤੀਜਾ ਗੱਡਾ ਸਾੜਿਆ। ਅੱਛਾ। ਤੇ ਮੇਰੀ ਬਾਂਹ ਬਿਲਕੁਲ ਠੀਕ ਹੋ ਗਈ। ਅੱਛਾ। ਲੱਤ ਵੀ ਡਿੰਗ ਸਿੱਧੀ ਨਹੀਂ ਸੀ ਹੁੰਦੀ, ਫਿਰ ਸਿੱਧੀ ਹੋਣ ਲੱਗ ਪਈ। ਅੱਛਾ। ਜਿਹੜੀ ਲੱਤ ਵੀ ਸਿੱਧੀ ਹੋਣ ਲੱਗ ਪਈ ਤੇ ਪੇਸ਼ੀ ਵਾਲੇ ਅੱਗ ਲਾਈਏ। ਅੱਛਾ। ਉਹ ਕੁੱਜੇ ਦੋ ਧਰ ਕੇ ਵਿੱਚ। ਅੱਛਾ। ਤੇ ਉਹਨੂੰ ਜਾ ਕੇ ਬੁਖਾਰ ਚੜ ਗਿਆ, ਘਰ ਗਿਆ ਤੇ ਬੁਖਾਰ ਚੜ ਗਿਆ। ਅੱਛਾ। ਦੂਜੀ ਪੇਸ਼ੀ ਨੂੰ ਉਹ ਮਰ ਗਿਆ। ਅੱਛਾ। ਦੂਜੀ ਪੇਸ਼ੀ ਨੂੰ ਉਹ ਫੌਤ ਹੋ ਜਾਂਦਾ। ਅੱਛਾ। ਤੇ ਉਹ
कुजे जे कढे मेरे नानकिया ने कढ के सानू पता नहीं सी खाना केड़ा ते उत्ते केड़ा मलना जे असी खाने लई दूजा दे दिए ते ओ जहर होए ये उंजी जांदा रहे ओ फिर ओ कुजे रह गए उत्थे दे उत्थे दूजा पैर वादा रहा ते नाड़ नहीं उदन दी फिर तुरना ते पाप ते पार पहना ते ओ पैर चौड़ा हुंदा गया अगो ए नाड़ दा कुब निकल गया फिर पैर ते आखिर बदलां ते आई सी ना वो वध्या ते इहदा फिर गां सीधा हो नहीं सकदा कुब निकल गया इत्थों ए फिर कुब निकल गया लत्त सारी कमजोर हो गई जिहड़ी नाड़ है ना खुच वाली ਇਹ ਨਾੜ ਨੂੰ ਖਿੱਚ ਲੱਗ ਗਈ ਠੀਕ ਉਹ ਨਾੜ ਨੇ ਫਿਰ ਨਹੀਂ ਤਾਕਤ ਦਿੱਤੀ ਤੇ ਨਹੀਂ ਉਤਾਰ ਬੜੇ ਮੇਰੇ ਪਿਓ ਨੇ ਮੱਤ ਮਾਰੇ ਸਨ ਬਦਾਮਾ ਜੀ ਅਖੀਰ ਕਰ ਛੱਡੀ ਸੀ ਮੇਰੇ ਪਿਓ ਨੇ ਲਿਆ ਲਿਆ ਕੇ ਮੈਨੂੰ ਕੋਟ ਕੋਟ ਦੀ ਖਵਾਉਣ ਵਾਲੀ ਠੀਕ ਫਿਰ ਘਿਓ ਦੁੱਧ ਬੇਬਾ ਖਾਧਾ ਤੇ ਤਾਂ ਮੈਂ ਤੁਰਨ ਲੱਗਾ ਸਾਂ ਮੇਰੇ ਅੱਬੂ ਨੂੰ ਬਚਪਨ ਦੇ ਵਿੱਚ ਨਾ ਕੋਈ ਬਿਮਾਰੀ ਲੱਗ ਗਈ ਸੀ ਅਤੇ ਉਹ ਪਹਿਲੇ ਵਕਤਾਂ 'ਚ ਉਹ ਬਿਮਾਰੀ ਅਕਸਰ ਲੋਕਾਂ ਨੂੰ ਲੱਗਦੀ ਸੀ ਅਤੇ ਉਹ ਕੋਈ ਨਾ ਕੋਈ ਜਿਸਮ ਦਾ ਹਿੱਸਾ ਮਾਰ ਦਿੰਦੀ ਸੀ ਅਤੇ ਉਹ ਮੇਰੇ ਨਾ ਅੱਬੂ ਨੇ ਮੇਰੇ ਦਾਦੇ ਅੱਬੂ ਨੇ ਮੇਰੇ ਅੱਬੂ ਦਾ ਬੜਾ ਇਲਾਜ ਕਰਾਇਆ ਕਿਉਂਕਿ ਉਹ ਉਹਨਾਂ ਦੇ ਹੋਰ ਬੇਟਾ ਨਹੀਂ ਸੀ ਹੈਗਾ ਇੱਕ ਹੀ ਇਹ ਬੇਟਾ ਸੀ ਅਤੇ ਇੱਕ ਹੀ ਮੇਰੀ ਫੁੱਫੀ ਸੀ ਯਾਨੀ ਕਿ ਇੱਕ ਮੇਰੇ ਅੱਬੂਰਾਂ ਦੀ ਭੈਣ ਸੀ ਉਹਨਾਂ ਨੇ ਬੜੇ ਇਲਾਜ ਕਰਵਾਏ ਅਤੇ ਇਲਾਜ ਕਰਾਉਣ ਦੇ ਬਾਵਜੂਦ ਇੰਨੇ ਕੁ ਠੀਕ ਹੋ ਸਕੇ ਅਤੇ ਇਹ ਐਂਡ 'ਤੇ ਉਹ ਹਕੀਮ ਜਿਹੜੇ ਕੋਲ ਦਵਾਈ ਲੈਂਦੇ ਸਨ ਉਹ ਫੌਤ ਹੋ ਗਿਆ ਅਤੇ ਐਂਡ 'ਤੇ ਪੈਰ ਆਖਰ 'ਤੇ ਨਾ ਠੀਕ ਹੋ ਸਕਿਆ ਬਾਰਾਂ ਨੂੰ ਤੁਰਨ ਜੋਗੇ ਹੋ ਗਏ ਇਹਨਾਂ ਗੱਲਾਂ ਨੇ ਕਰ ਦਿੱਤਾ ਕਿ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਔਰ ਸਾਨੂੰ ਫਿਰ ਪਾ ਲਿਆ ਅਤੇ ਸਾਡੇ ਬੜੇ ਮਾੜੇ ਹਾਲਾਤ ਵੀ ਰਹੇ ਨੇ ਅਤੇ ਅੱਲਾ ਨੇ ਸਾਨੂੰ ਸਾਡੇ ਅੱਬੂ ਦੀ ਮਿਹਨਤਾਂ ਨੇ ਸਾਨੂੰ ਇੱਥੋਂ ਤੱਕ ਲਿਆਉਂਦਾ ਮੇਰੇ ਬਗੈਰ ਹਿਸਾਬ ਕਸੂਬ ਕਰੀ ਜਾ ਰਹੇ ਤਾਂਬਾ ਕਿੰਨਾ ਹੋਇਆ ਦੱਸੀ ਵੀ ਬੋਲ ਬੋਲ ਸਰ ਤਾਂਬਾ ਹੋਇਆ ਜੀ 6 ਕਿਲੋ ਦਾ ਬਸ ਸਿਲਵਰ 8 ਕਿਲੋ ਦਾ ਤਾਂਬਾ ਸਿਲਵਰ ਪਿੱਤਲ ਵੇਚਿਆ ਨਾ ਉਹਦਾ ਹਿਸਾਬ ਹੋਣ ਡਿਆ ਹਾਜੀ ਸਾਹਿਬ ਮੇਰੇ ਦੋਸਤ ਹਨ ਜਿਹੜੇ ਮੈਨੂੰ ਮਿਲਣ ਆਏ ਸਨ ਇਹਨਾਂ ਨੇ ਆਪਣਾ ਪੰਪ ਲਿਆ ਹੈ ਅਤੇ ਪੰਪ ਤਾਂ ਅੱਜ 5 ਵਜੇ ਅਫਤਤਾਹ ਹੈ ਉਹ ਮੈਨੂੰ ਕਹਿੰਦੇ ਸਨ ਵੀ ਉੱਥੇ ਜ਼ਰਾ ਅਫਤਤਾਹ ਪੰਪ ਦਾ ਅਤੇ ਤੁਹਾਡੀ ਦਾਵਤ ਹੈ ਉੱਥੇ ਤੁਸੀਂ ਆਇਓ 5 ਵਜੇ ਜਾਵਾਂਗੇ ਇਹਨਾਂ ਦੇ ਪੰਪ 'ਤੇ ਜਾ ਕੇ ਫਿਰ ਦਾਵਤ ਖਾ ਕੇ ਆਵਾਂਗੇ ਮੈਂ ਪਿਛਲੇ ਸਾਲ ਇੱਕ ਕੂਲਰ ਲਿਆ ਸੀ ਅਤੇ ਉਹਨੂੰ ਰੰਗ ਰੂੰਗ ਕਰਾ ਕੇ ਯੈਸ ਬੈਸ ਕੀਤਾ ਸੀ ਉਹ ਨਿਆਣਿਆਂ ਨੇ ਦੀਆਂ ਗਰੀਲਾਂ ਗਰੂਲਾਂ ਤੋੜ ਦਿੱਤੀਆਂ ਅਤੇ ਮੇਰਾ ਇਰਾਦਾ ਬਣਿਆ ਵੀ ਇਸ ਵਾਰੀ ਇਹ ਕੂਲਰ ਵੇਚ ਕੇ ਅਤੇ ਨਵਾਂ 0 ਮੀਟਰ ਕੂਲਰ ਲਿਆਉਣਾ ਅਤੇ ਮੈਂ ਨਾ ਅੱਜ ਸੌਦਾ ਕਰ ਦਿੱਤਾ ਆਹ ਬੰਦਾ ਇਹਨੂੰ ਨਾ ਆਹ ਕੂਲਰ ਵੇਚ ਦਿੱਤਾ 7000 ਦਾ ਇਹਨੂੰ ਹੁਣ ਚੁੱਕ ਕੇ ਨਾ ਲੈ ਕੇ ਦੁਕਾਨ 'ਤੇ ਚੱਲਾ ਸੀ ਮੁੰਡਾ ਜਿਹਨੂੰ ਵੇਚਿਆ ਅਤੇ ਮੈਂ ਕਿਹਾ ਵੀ ਹੁਣ ਮੈਂ ਇੱਥੋਂ ਤੱਕ ਛਡਵਾਉਣਾ ਸੀ ਅੱਗੋਂ ਤੁਸੀਂ ਖੜਨਾ ਤੁਹਾਡਾ ਕੰਮ ਤਕਰੀਬਨ 5 ਵੱਜ ਗਏ ਨੇ ਅਤੇ ਹੁਣ ਅਸੀਂ ਚੱਲੇ ਹਾਂ ਦਾਵਤ ਖਾਣ ਵਾਸਤੇ ਜਿਹੜੇ ਪੈਟਰੋਲ ਪੰਪ 'ਤੇ ਸਾਡੀ ਦਾਵਤ ਕੀਤੀ ਗਈ ਸੀ ਨਾ ਉਸ ਪੈਟਰੋਲ ਪੰਪ 'ਤੇ ਅਸੀਂ ਪਹੁੰਚ ਗਏ ਹਾਂ ਇਹ ਹੈਗਾ ਉਹ ਪੈਟਰੋਲ ਪੰਪ ਦੇਗਾਂ ਦੂਗਾਂ ਦਾ ਇੰਤਜ਼ਾਮ ਹੋ ਰਿਹਾ ਇੱਥੇ ਮਾਸ਼ਾਅੱਲਾ ਇੰਤਜ਼ਾਮ ਹੋ ਰਿਹਾ ਅਫਤਾਰੀ ਕਰਾਈ ਜਾਏਗੀ ਅਤੇ ਨਾਲੇ ਪੰਪ ਦਾ ਅਫਤਾਹ ਕੀਤਾ ਜਾਏਗਾ ਇਹ ਮਸ਼ੀਨਾਂ ਅੱਜ ਹੀ ਫਿੱਟ ਕੀਤੀਆਂ ਮਸ਼ੀਨਾਂ ਦੇ ਉੱਤੇ ਗ੍ਰੀਨ ਸ਼ੀਟ ਲਵਾ ਕੇ ਦਿੱਤੀ ਛਾਂ ਵਾਸਤੇ ਟੀਮਾਂ ਜਿਹੜੀਆਂ ਫੌਰੀ ਤਿਆਰੀ ਕਰੀ ਜਾ ਰਹੀਆਂ ਅਫਤਾਰੀ ਦੀ ਥੋੜ੍ਹੇ ਲਈ ਚਲੋ ਦੂਜਾ ਫਰੂਟ ਕੱਟ ਕੇ ਰੱਖਿਆ ਇੱਧਰ ਸਾਰਾ ਸਾਰਾ
लो जी दावत असीं लईए खा इत्थे पंप दा इफ्तिताह सी उत्थे असीं आए सां उत्थों दावत खा के हुण जा रहे वापस। इह सी साडा अज दा व्लॉग, उम्मीद करना तुहानूं चंगा लगा होगा। चंगा लगा है तो लाइक करो, शेयर करो, नाले मेरे लाडला जट व्लॉग चैनल नूं सबसक्राइब कर लो। हुण मिलांगे अगली वीडियो च। अल्लाह हाफिज़।